ਸਰ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਤੁਸੀਂ ਇਸੇ ਮਹੱਲੇ ਦੇ ਜੇ? ਹਾਂਜੀ ਇਸੇ ਮਹੱਲੇ ਦੇ। ਤੇ ਇਸ ਮਹੱਲੇ 'ਚ ਰਹਿ ਕੇ ਤੁਸੀਂ ਇੰਨੇ ਖੂਬਸੂਰਤ? ਬਸ ਵੇਖ ਲਓ ਜੀ, ਰੱਬ ਦੀ ਕਰ ਰਹੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ। ਕੀ ਹਾਲ ਚਾਲ ਹੈ? ਅੱਲਾ ਦਾ ਕਰਮ। ਇਹ ਅੱਛਾ ਠੀਕ ਆ, ਠੀਕ ਆ, ਓਕੇ, ਟੈਨਸ਼ਨ ਨਹੀਂ ਲੈਣੀ। ਨਾ ਨਾ ਨਾ, ਇਹ ਲੈਣੇ ਕਿ ਇਹ ਨਾ ਉਹਦਾ ਦਿੱਤਾ ਸਾਰਾ ਕੁਝ ਆ ਤੇ ਉਹਦਾ ਹੀ, ਇਹ ਉਹਦੀ ਮਰਜ਼ੀ ਹੈ, ਬੱਚੇ ਹੀ ਸੋਚਣਾ ਕਿ ਉਹਦੀ ਮਰਜ਼ੀ ਹੈ। ਨਹੀਂ ਨਹੀਂ, ਮਰਜ਼ੀ ਤੇ ਹੋ ਰਹੀ ਹੈ ਜੀ, ਬਿਲਕੁਲ ਬੇਸ਼ੱਕ, ਇਹ 'ਚ ਕੋਈ ਸ਼ੱਕ ਨਹੀਂ ਜੀ। ਤੂੰ ਤਾਂ ਇੰਜ ਕਹਿ ਰਿਹਾ ਕਿ ਯਾਰ ਮਰਜ਼ੀ ਆ ਉਹਦੀ ਭਾਈ, ਮੈਂ ਕਹਿ ਰਿਹਾ ਕੰਫੀਡੈਂਟ ਨਾਲ ਕਹਿ ਰਿਹਾ ਉਹਦੀ ਮਰਜ਼ੀ ਹੈ। ਉਹ ਨਹੀਂ, ਜਿੱਦਾਂ ਤੁਸੀਂ ਅੰਦਾਜ਼ ਨਾਲ ਗੱਲ ਕਰਨ ਦੇ, ਲੇਕਿਨ ਤੂੰ ਦੇਖਣਾ ਦੋ ਕਿਸਮ ਦੀ ਹੁੰਦੀਆਂ। ਹਾਂਜੀ, ਇੱਕ ਹੁੰਦਾ ਕਿ ਯਾਰ ਇਹ ਭਾਈ ਇਹ ਸਾਰੀ ਉਹਦੀ ਮਰਜ਼ੀ ਜਿੱਦਾਂ ਵੀ ਹੈ, ਇੱਕ ਹੁੰਦਾ ਕਿ ਮਰਜ਼ੀ ਆ ਉਹਦੀ ਭਾਈ, ਸਮਝ ਰਿਹਾ ਗੱਲ? ਠੀਕ ਆ, ਇਹਦੇ 'ਚ ਆ ਜਾਂਦੀ ਆ ਉਹ ਕੀ ਉਹਨੂੰ ਕਹਿੰਦੇ ਨੇ ਮਾਯੂਸੀ ਟੈਪ, ਜੈਨੂਇਨ ਦਿਲੋਂ ਕਹਿ ਕੇ ਇਹ ਅੱਲਾ ਦੀ ਮਰਜ਼ੀ, ਜਿੱਦਾਂ ਜਿਸ ਹਾਲ 'ਚ ਉਹਨੇ ਰੱਖਿਆ ਇਹ ਅੱਲਾ ਦੀ ਮਰਜ਼ੀ। ਜੋਸ਼ ਨਾ, ਜੋਸ਼ ਨਾ ਕਹਿ ਕਹਿ ਹਾਂ ਜ਼ਰਾ ਜ਼ੁਬਾਨ ਨਾ ਕਹਿਣਾ ਨਾ ਤੁਸੀਂ, ਤੁਸੀਂ ਤੇ ਚੋਬਾ ਹੀ ਬੜਾ ਬੁਰਾ ਜਿਹਾ ਲੈ ਲਿਆ ਤੁਹਾਨੂੰ। ਨਹੀਂ ਨਹੀਂ ਗੱਲ ਹੈ ਨਾ ਭੈਣ। ਅੱਛਾ ਭੈਣ, ਦੱਸੋ ਕਿ ਤੁਸੀਂ ਮਾਸ਼ਾਅੱਲਾ ਘੜੀ ਬੜੀ ਅੱਛੀ ਤੇ ਇਹ ਤੁਹਾਨੂੰ ਜੁਗਤ ਸ਼ੁਗਤ ਆਉਂਦੀ ਕਿ ਐਵੇਂ ਅੱਗ ਜਗ੍ਹਾ ਮੰਨ ਲਈ? ਜੁਗਤਾਂ ਤੇ ਆਉਂਦੀਆਂ ਵਾ ਜੇ ਤੁਹਾਡੀ ਇਜਾਜ਼ਤ ਹੋਵੇ ਤੇ। ਹਾਂ ਬਿਸਮਿਲਲਾ, ਇਹਨੂੰ ਮਾਰ ਭੈਣ, ਇੱਕ ਮਿੰਟ ਠਹਿਰਨਾ। ਪਹਿਲਾਂ ਇੱਧਰ ਭੈਣ, ਤੁਸੀਂ ਕੀ ਕਰਦੇ ਆ? ਮਤਲਬ ਮੈਂ ਰੰਗਾਈ ਦਾ ਕੰਮ ਕਰਦਾ। ਅੱਛਾ ਜੀ, ਦੁਪੱਟੇ ਰੰਗ ਦਾ ਤੇ ਜਿਹੜੀ ਸ਼ੈ ਸਭ ਤੋਂ ਲਾਗੇ ਤੁਹਾਡੇ ਪੈਰ ਹੀ ਉੱਤੇ ਕਰਦੇ ਨਹੀਂ ਤੁਸੀਂ ਰੰਗ? ਓਏ ਹਾਏ, ਓ ਯਾਰ, ਉਹਨਾਂ ਨੂੰ ਮਜ਼ਾ ਤੇ ਲੈਣ ਦੇ, ਰੋਕਦਾ ਕਿਉਂ ਆ? ਮੈਨੂੰ ਜੁਗਤ ਵੱਜੇਗੀ ਤੇ ਮੈਂ ਰੋਕਾਂਗਾ ਨਹੀਂ। ਇਹ ਕੀ ਗੱਲ ਹੈ ਕਿ ਗੱਲ ਹੋਈ ਅਸਾਂ ਤੇ, ਠਹਿਰੋ, ਕਿਉਂ ਠਹਿਰੋ? ਲੈ ਚੱਲ, ਤੂੰ ਰੰਗ ਦਾ ਕੰਮ ਤੁਸੀਂ ਕਰਦੇ ਆ, ਜਿਹੜਾ ਕੋਈ ਗਾਹਕ ਆਵੇ ਤੇ ਆਪਣੀਆਂ। ਹਾਂ, ਕਾਲਾ ਰੰਗ ਕਰਨ ਦੇ ਅਸੀਂ ਪਤੀਲੇ ਡਿੱਗ ਗਏ, ਦੇਖੋ ਖਰਾ ਹੋ ਗਿਆ। ਬੰਬ ਦੀ ਸਲਿਪ ਤੇ ਖੜਾ ਸੀ। ਤੁਸੀਂ ਵੀ ਕੋਈ ਗੱਲ? ਇੱਕ ਜੁਗਾ ਤੇ ਇਹਨਾਂ ਨੂੰ ਮੈਂ ਕਰਨੀ, ਦੇਖ ਕੇ ਇਹਨਾਂ ਨੂੰ ਬਸ, ਉਸ ਤੋਂ ਬਾਅਦ ਜਿੱਦਾਂ ਤੁਸੀਂ ਕਹੋਗੇ ਉਨੀਆਂ ਹੋ ਹੀ ਜਾਣਗੀਆਂ, ਰਾਤ ਆਪਣੇ ਕੋਲ ਪੂਰੀ। ਓਕੇ ਚਲੋ, ਸ਼ਾਹੀ ਕਿਲੇ ਚਲਾ ਗਿਆ, ਸ਼ਾਹੀ ਕਿਲੇ ਤੇ ਉੱਥੇ ਜਾ ਕੇ ਟਿਕਟ ਨਹੀਂ ਲੈ ਰਿਹਾ, ਉਹਨਾਂ ਨੂੰ ਕਹਿੰਦਾ ਸੀ ਮੁਗਲ ਹੁੰਦੇ। ਪਿੰਡ 'ਚ ਚੋਰੀ ਕਰਦਾ ਫੜਿਆ ਗਿਆ ਆਪ ਭਾਈ, ਉਹਨਾਂ ਨੇ ਮੂੰਹ ਚਿੱਟਾ ਕਰਕੇ ਤੇ ਖੋਤੀ ਤੇ ਪਾ ਦਿੱਤਾ। ਯਾਰ ਕੈਸਾ, ਹਲਕੀ ਹਲਕੀ ਹਲਕੀ, ਹਾਂ ਵਾਹ, ਮੈਂ ਵੀ ਦੋਵਾਂ ਨੂੰ। ਅੱਛਾ, ਪਤਾ ਤੁਸੀਂ ਮੈਂ ਕਿਹਾ ਕੀ ਕਿਹਾ ਕੀ ਕਿਹਾ? ਮੈਂ ਵੀ ਦੋਵਾਂ ਨੂੰ ਕਰਾਂਗਾ, ਇੱਕ 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 ਇੱਕ। ਚਲੋ ਜੀ ਸ਼ੁਰੂ। ਇਹਦਾ ਦਾਦਾ ਮਰ ਗਿਆ, ਇੰਨੀ ਜਗ੍ਹਾ ਤੇ ਦਮਨਾ ਰਿਹਾ, ਮੈਂ ਕਿਹਾ ਕਿੱਦਾਂ ਦਮਨਾ? ਕਹਿੰਦਾ ਕੀਮਾ ਕਰਕੇ। ਗੋਲੀ ਲੱਗ ਗਈ ਲੰਘੀ ਤੇ ਪਾਈ ਭੱਜ ਕੇ ਵਾਪਸ ਆ ਗਿਆ। ਮੈਂ ਕੀ ਗੱਲ ਹੋਈ? ਕਹਿੰਦਾ ਸਮਝਦਾਰ ਲਈ ਇਸ਼ਾਰੇ ਕਾਫੀ ਹੁੰਦਾ। ਕੀ ਗੱਲ ਆ, ਪੁੱਛ ਰਹੇ ਗੱਲਾਂ ਹੋ ਰਹੀਆਂ? ਮੈਂ ਕਿਹਾ ਮੈਂ ਸੁਣ ਲਵਾਂ ਕੀ ਗੱਲਾਂ ਕਰ ਰਹੇ। ਮੈਂ ਕਿਹਾ ਇਧਰੋਂ ਸੁਣ ਕੇ ਜ਼ਰਾ। ਨਹੀਂ ਨਹੀਂ ਯਾਰ, ਹੁਣ ਡਿਸਟਰਬ ਨਾ ਕਰੋ ਯਾਰ ਤੁਹਾਡੀ ਮਿਹਰਬਾਨੀ। ਚਲੋ ਇਹਨੂੰ ਪਾਣੇ ਨੂੰ, ਪਾਣੇ ਨੇ ਕਾਪੀ ਲਵਾਈ 10 ਰੁਪਏ ਦੀ, 8000 ਦਾ ਨਾਮ ਲੱਗ ਗਿਆ। ਉਹਨੇ ਕਿਹਾ 7 ਦਿਨਾਂ ਨਹੀਂ, ਕਹਿੰਦਾ ਮੈਂ 8 ਹੀ ਲੈਣਾ। ਕਹਿੰਦਾ ਨਹੀਂ, ਮੈਂ 7 ਦਿਨਾਂ, ਕਹਿੰਦਾ 8। ਕਹਿੰਦਾ ਲਓ ਫੜੋ ਆਪਣੀ 25, 10 ਵਾਪਸ ਦਿਓ ਭੈਣ ਭਰਜੀ। ਤੇ ਉਹ ਤੂੰ 8 ਪੜ ਲੈਂਦਾ ਉਹਦੇ ਕੋਲ? ਸੁਣ ਕੇ ਸੁਣ ਕੇ ਸੁਣ, ਦੋਵੇਂ ਪਾਗਲ। ਅੱਛਾ, ਦੋਵੇਂ ਪਾਗਲ ਤੇ ਇਹ ਇਹਨੂੰ ਕਹਿੰਦੇ ਆ, ਕਹਿੰਦਾ ਯਾਰ ਆਪਾਂ ਨੂੰ ਸਾਰੇ ਪਾਗਲ ਕਹਿੰਦੇ। ਕਹਿੰਦਾ ਇਹਨਾਂ ਦੀ ਛੱਡ, ਤੂੰ ਟਮਾਟਰ ਫੜ, ਸ਼ਿਕੰਜਵੀ ਬਣਾ ਕੇ ਲਿਆ। ਹੱਕ ਸੱਚ ਦੀ ਗੱਲ ਹੋਣ ਲੱਗੀ ਆ। ਮੈਂ ਕਿਹਾ ਜੀ ਹੱਕ ਸੱਚ ਦੀ ਗੱਲ ਹੋਣ ਲੱਗੀ ਆ। ਮੈਂ ਕਿਹਾ ਇਹ ਭਾਈ ਥੋੜਾ ਜਿਹਾ ਕੁੱਬਾ ਵੀ ਹੈ, ਇਹ ਚੰਨ ਵੇਖਣ ਹੁਣ ਨਹਿਰ ਤੇ ਜਾਂਦਾ। ਵਾਹ 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 ਵਾਹ, ਇਹਦਾ ਭਰਾ ਗੋਡੂ, ਇਹਦਾ ਭਰਾ ਗੋਡੂ। ਮੈਂ ਕਿਹਾ ਤੇਰਾ ਭਰਾ ਗੋਡੂ ਕਿੱਥੇ? ਕਹਿੰਦਾ ਬੇਟੀ ਥੱਲੇ ਜੂਏ ਨਾਲ ਖੇਲਣ ਦਿਆ। ਮੇਰਾ ਨਾਨਾ ਮਰ ਗਿਆ ਤੇ ਮਗਰੋਂ ਨਾ ਭਾਈ ਢੋਲ ਵਜਾਉਂਦਾ ਆ ਰਿਹਾ, ਕਹਿੰਦਾ ਓਏ ਮੇਰਾ ਨਾਨਾ ਮਰਿਆ, ਸੰਗਤ ਨਹੀਂ ਜਾ ਰਹੀ। ਭੈਣ, ਇਹਦਾ ਵੀ ਦਾਦਾ ਮਰ ਗਿਆ, ਇਹਦਾ ਵੀ ਦਾਦਾ ਮਰ ਗਿਆ, ਇਕੱਠੇ ਜਨਾਏ ਨਿਕਲੇ ਤੇ ਵਿੱਚ ਢੋਲ ਵੱਜਦੇ ਆ, ਕਹਿੰਦੇ ਜਿੱਤ ਕੇ ਲਿਆਂਦੇ। ਅੱਛਾ, ਮਾਰ ਭਾਈ।
ਯਾਰ ਸਾਡੇ ਕੋਈ ਹੋਰ ਰਿਸ਼ਤੇਦਾਰ ਨਹੀਂ ਹੈ ਇਹਦੀ ਬਾਪੀ ਮਰ ਗਈ ਓਏ ਵੇਖ ਯਾਰ ਤੂੰ ਇੰਜ ਕਿਉਂ ਕਰਦਾ ਯਾਰ ਮੈਨੂੰ ਖੇਚੜਾ ਹੀ ਜਾਂਦਾ ਹਾਂਜੀ ਬਿਸਮਿਲ ਗੋਸ਼ ਵਾਲੀ ਦੁਕਾਨ ਤੇ ਗਿਆ ਗੋਸ਼ ਲੈ ਕੇ ਆਇਆ ਉਹਨਾਂ ਨੇ ਹੱਡੀਆਂ ਲਾ ਦਿੱਤਾ ਘਰ ਵਾਲੇ ਕਹਿੰਦੇ ਵਾਪਸ ਕਰਕੇ ਆ ਫਿਰ ਗਿਆ ਕਹਿੰਦੇ ਵਾਪਸ ਕਰਕੇ ਆ ਉਹਨਾਂ ਨੇ ਨਾ ਮੁਰਗੀ ਦੀ ਖਲ ਜ਼ਿੰਦੇ ਦੀ ਲਾ ਕੇ ਪੈਲਸਾਂ ਨਾਲ ਤੀ ਫੜਾ ਦਿੱਤੀ ਕਹਿੰਦੇ ਘਰੋਂ ਨਿਸ਼ਾਨ ਲਵਾ ਲਿਆ ਆ ਭਾਈ ਹੈ ਨਾ ਜਿੰਨ ਵਾਲਾ ਨਕਾਬ ਪਾ ਕੇ ਬੱਚਨ ਨੂੰ ਡਰਾਉਣ ਦਿਆ ਬੱਚਨ ਨੇ ਕਿਹਾ ਓਏ ਨਕਾਬ ਲਾ ਇਹਨੇ ਨਕਾਬ ਲਾਇਆ ਉਹ ਇਹਦਾ ਸਹੀ ਮੂੰਹ ਵੇਖ ਕੇ ਡਰ ਗਿਆ ਹਾਂਜੀ ਭੈਣ ਇਹ ਖਾਨ ਸਾਹਿਬਾ ਘਰ ਚੋਰੀ ਕਰਨ ਚਲਾ ਗਿਆ ਇਹਨੂੰ ਕੁਛ ਨਹੀਂ ਲੱਭਾ ਉਹਨਾਂ ਡੈਰੀ ਤੋਂ ਫੰਕਸ਼ਨ ਕੱਟਿਆ ਖਾਨ ਸਾਹਿਬਾ ਦੇ ਨਾਲ ਚਲਾ ਗਿਆ ਸ਼ਰਾਬ ਲੈ ਕੇ ਨਾ ਮੋਟਰਸਾਈਕਲ 'ਤੇ ਜਾ ਰਿਹਾ ਅਤੇ ਪੁਲਿਸ ਵਾਲਿਆਂ ਨੇ ਫੜ ਲਿਆ ਕਹਿੰਦਾ ਓਏ ਥੈਲੇ 'ਚ ਕੀ ਆ ਕਹਿੰਦਾ ਭਾਈ ਦੁੱਧ ਕਹਿੰਦਾ ਓਏ ਆ ਤੋ ਸ਼ਰਾਬ ਆ ਕਹਿੰਦਾ ਮੋਟਰਸਾਈਕਲ ਹੋ ਗਿਆ बात तो हालात ये हैं कि जानी फैसलाबाद में मस्खरा वायरस फैला कर ही वापस लौटेंगे तो फिर इसी बात पे आप देखिए इश्तिहार जब तक मैं जाकर एंटीवायरस का पूछ कर आती हूँ मौलाना फजलुर रहमान का फरमान है नवाज शरीफ साहब बड़े ही खुशकिस्मत इंसान हैं मौलाना साहब आपस की बात है हम तो आपको भी खुशकिस्मत ही देखना चाहते हैं बात हो रही है खुशकिस्मती की तो हम आपकी किस्मत चमकाएंगे अपने सेगमेंट घूम जा में वेट नहीं करेंगे और जल्दी से चलकर देखते हैं घूम जा हाँ जी सर जी दो खोते हैं ना आपस खलोते ते एक खोता दूजे खोते नु कहन दिया कहंदा यार ए जानवर केड़ा वा इहदा नाम दा नहीं पता मैनू ਇਹਨੇ ਰੇਚ ਆਪਣਾ ਕੁੱਤਾ ਛੱਡਿਆ ਤਾਂ ਸਭ ਤੋਂ ਅੱਗੇ ਜਾ ਰਿਹਾ ਕਹਿੰਦਾ ਕਮਾਉਂ ਟੰਮੀ ਵਾਪਸ ਆ ਗਏ ਓਏ ਹੌਲੀ ਗੱਲ ਕਰ ਅਗਲੇ ਨੂੰ ਸਮਝ ਵੀ ਆਵੇ ਗੱਲ ਤੇਰੀ ਅੱਛੀ ਹੁੰਦੀ ਤੂੰ ਸਪੀਡ 'ਚ ਕਰਕੇ ਉਹਨੂੰ ਮਾਰ ਲੈਣਾ ਮੈਂ ਕਿਹਾ ਗੁਰਬਤ ਦਾ ਇਹ ਆਲਮ ਕਿ ਟੀ ਵੀ ਅੱਗੇ ਬੈਠਾ ਮੈਚ ਵੇਖ ਰਿਹਾ ਅਤੇ ਉੱਥੇ ਵਕਫਾ ਆ ਗਿਆ ਅਤੇ ਉੱਥੇ ਹੀ ਵਾਜ਼ਾਂ ਲਾਉਣੀਆਂ ਸ਼ੁਰੂ ਕਰਤੀਆਂ ਬੋਤਲੇ 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 ਯਾਰ ਮੈਂ ਇੱਕ ਸ਼ੋਅ ਕੀਤਾ ਸੀ ਅਸਲਮ ਚਿੱਟੇ ਨਾਲ ਉਹਨੇ ਇੱਕ ਬੜੀ ਅੱਛੀ ਗੱਲ ਕੀਤੀ ਸੀ ਕਿ ਇੱਕ ਹਾਕਰ ਸੀ ਪਤਾ ਨਹੀਂ ਕੋਈ ਬੱਸਾਂ ਦਾ ਲਾਰੀ ਅੱਡੇ ਬਈ ਲਾ ਰਹੇ ਲਾ ਰਹੇ ਤੇ ਕਹਿੰਦਾ ਉਹਦੇ ਵਾਲ ਸਾਫ ਹੋ ਦੋਗੇ ਤੇ ਜਨਾਜ਼ੇ ਤੇ ਵੀ ਉਹਦੇ ਵਾਲ ਕਲਮਾ ਸ਼ਾਹ ਤੇ ਕਲਮਾ ਸ਼ਾਹ ਤੇ ਉਹ ਬੜੀ ਅੱਛੀ ਗੱਲ ਸੀ ਐਪਰੀਸ਼ੀਏਟ ਹਾਂ ਕੀ ਗੱਲ ਵਾਲ ਸਾਹਿਬ ਨੂੰ ਟੀਵੀ ਹੋ ਗਿਆ ਮੈਂ ਕੀ ਹੋਇਆ ਕਹਿੰਦਾ ਮੇਰੇ ਵਾਲ ਸਾਹਿਬ ਨੂੰ ਟੀਵੀ ਹੋਇਆ ਮੈਂ ਕਿਹਾ 9 ਨੰਬਰ ਤੇ ਲਾ ਛੋਲੇ ਫਿਲਮ ਲੱਗੀ ਹਾਂਜੀ ਕੋਈ ਖੈਰ ਦੀ ਖਬਰ ਕੋਈ ਮਤਲਬ ਤੇਰੇ ਕੋ ਕੋਈ ਐਸੀ ਗੱਲ ਕੋਈ ਕਤਲ ਕਰ ਗਿਆ ਭਰਾ ਨਾ ਖੁਸਰਾ ਸੀਗਾ ਚਲੋ ਮੋਟਰਸਾਈਕਲ ਤੇ ਜਾ ਰਹੇ ਵਾਰਡਨ ਵਾਲਿਆਂ ਨੇ ਫੜ ਲਿਆ ਉਹਨਾਂ ਨੇ ਕਿਹਾ ਇਸ਼ਾਰਾ ਕਿੰਨੇ ਤੋੜਿਆ ਕਹਿੰਦਾ ਮੈਂ ਚਲਾ ਰਹੇ ਸ਼ਾਹ ਤੇ ਨਾ ਵੱਡਾ ਮਾਰਿਆ ਦੋਵੇਂ ਭਰਾ ਇੱਕ ਦਿਨ ਮਰ ਗਏ ਉਹ ਕਿੱਦਾਂ ਜੀ ਇੱਕ ਦਾ 5000 ਗੁਆਚਿਆ ਗਮਣਾ ਮਰ ਗਿਆ ਨਹੀਂ ਲੱਭਾ ਉੱਦਾਂ ਮਰ ਗਏ ਖੁਸ਼ੀ ਨਾਲ ਹੀ ਮੈਂ ਉੱਦਾਂ ਮਾਰਤਾ ਤੇਰੇ ਹੱਥ ਆਏ ਉਹਦੇ ਭਰਾ ਭਾਈ ਮੈਂ ਪੁੱਛਣ ਡਿਆ ਵਾਂ ਕਿ ਉੱਥੇ ਤੇ ਇੱਥੇ ਦੇ ਵਿੱਚ ਇਹੀ ਦੱਸਣ ਡਿਆ ਪੌਣਾ ਘੰਟਾ ਮਰੇ ਸੁਣਦਾ ਹੈ ਨਹੀਂ ਉਹੀ ਗੱਲ ਅੱਛਾ ਮੈਂ ਕਿਹਾ ਇੱਕ ਮਿੰਟ ਮੇਰੀ ਸੁਣ ਪਰਚੂਣ ਵਾਲੀ ਦੁਕਾਨ ਤੇ ਗਿਆ ਕਹਿੰਦਾ 2 ਰੁਪਏ ਦਾ ਤੇਲ ਦੇ ਦੇ ਉਹਨੇ ਕੰਜ ਭਾਤਾ ਤੇ ਪੂਰੇ ਰਾਹ ਆਇਆ ਇਹਨਾਂ ਦੇ ਘਰ ਚੋਰ ਆ ਗਏ ਨਾਲ ਦਿਆਂ ਘਰ ਮੋਰਾ ਕਰਕੇ ਉਹਨਾਂ ਘਰ ਵੜ ਦਿੰਦੇ ਨਾ ਇੱਧਰ ਹੀ ਪਿਆ ਸਾਰਾ ਕੁਛ ਬਹੁਤ ਅੱਛੇ ਹਾਂ ਚੋਰੀ ਕਰਦਾ ਫੜਿਆ ਗਿਆ ਉਹਨਾਂ ਨੇ ਮੂੰਹ ਕਾਲਾ ਕਰਕੇ ਖੋਤੀ ਤੇ ਪਾਤਾ ਖੋਤੀ 1300 ਦੀ ਵੇਚਤੀ ਇਹਨਾਂ ਘਰ ਚੋਰ ਆ ਗਏ ਤੇ ਕੰਧ ਦੇ ਓਲੇ ਹੋ ਕੇ ਨਾ ਚੋਰ ਲੰਘ ਰਿਹਾ ਕਹਿੰਦਾ ਉਹਨੂੰ ਫੜਨ ਨਹੀਂ ਦਿਆ ਕਹਿੰਦਾ ਧਿਆਨ ਨਾਲ ਕੋਈ ਚੀਜ਼ ਨਾਲ ਲੜਾ ਲਈ ਲੜਾ ਲਈ ਨਹੀਂ ਨਹੀਂ ਸਹੀ ਹੈ ਕੀ ਗੱਲ ਆ ਮੈਂ ਉਹਨੂੰ ਲਵ ਲੈਟਰ ਭੇਜਣ ਦਿਆ ਮੇਰੇ ਹੱਥ ਮੈਂ ਕਿਹਾ ਇਹ ਤਾਂ ਖਾਲੀ ਆ ਕਹਿੰਦਾ ਉਹਨੂੰ ਕਿਹੜਾ ਪੜ੍ਹਨੇ ਆਉਂਦਾ
ਚਲੋ ਹੁਣ ਭਾਣ ਮੈਂ ਦੁਬਈ ਦਾ ਦੱਸਾਂ ਦੁਬਈ ਤੇ ਆ ਜਾ ਭਾਣ ਉੱਥੇ ਜਿਹੜਾ ਜ਼ੈਬਰਾ ਕ੍ਰਾਸਿੰਗ ਆ ਨਾ ਇੱਧਰ ਅੱਜ ਦੱਸੋ ਮੈਂ ਕਿਹਾ ਇੱਧਰ ਵੀ ਦੱਸੋ ਤੈਨੂੰ ਪੁੱਛਿਆ ਕਹਿੰਦੇ ਤੂੰ ਕਿਉਂ ਨੀ ਆਇਆ ਕਹਿੰਦਾ ਮੈਂ ਉੱਥੇ ਪੈਰ ਰੱਖ ਖੜਾ ਯਾਰ ਅੱਛੀ ਗੱਲ ਆ ਕਹਿੰਦਾ ਮੈਂ ਤੇ ਉੱਤੇ ਪੈਰ ਰੱਖ ਖੜਾ ਸੀ ਉਹਦੇ ਪੀਲਾ ਕੰਬਲ ਪਾ ਕੇ ਉਹਨੂੰ ਊਂਠ ਬਣਾ ਕੇ ਵੇਚਤਾ ਪੀਲਾ ਕੰਬਲ ਪਾ ਕੇ ਹਾਂਜੀ ਉਹ ਪੀਲੇ ਕਲਰ ਦਾ ਹੁੰਦਾ ਇਹਨਾਂ ਨੇ ਬੱਚਾ ਲਿਆਂਦਾ ਚੌਥੇ ਦਿਨ ਯਾਦ ਆਇਆ ਸਿਆਣੇ ਤੇ ਉਹਨੇ ਸਾਰੇ ਮਾਰ ਲਏ ਦਾਦੀ ਦਾਦਾ ਹੁਣ ਕੋਈ ਅਕਲ ਦੇਣ ਵਾਲਾ ਤਾਂ ਹੈਗਾ ਨੀ ਹਰ ਯੁਗ ਚ ਕਦੀ ਦਾਦੇ ਨੂੰ ਲੈ ਜਾਂਦਾ ਕਦੀ ਨਾਨੀ ਨੂੰ ਲੈ ਜਾਂਦਾ ਉਹ ਕੱਲਾ ਹੀ ਰਹਿ ਗਿਆ ਹੁਣ ਪਾਇਣਾ ਸੁਣੋ ਨਾ ਗੱਲ ਤੁਹਾਨੂੰ ਮਜ਼ਾ ਆਏਗਾ ਗੱਲ ਦਾ ਕਸਮੇ ਲਓ ਜੀ ਉਹਨੇ ਅੱਗੇ ਫੁੱਲ ਮਰਾਬਸ਼ਾਂ ਕੀਤੀ ਹੈ ਡਰਾਈਵਰ ਨੇ ਫੁੱਲ ਟੋਨ ਅਤੇ ਗੱਡੀ ਚਲਾ ਰਿਹਾ ਹੈ ਇਹ ਮਾਇਕ ਇੱਥੇ ਫੜ ਕੇ ਰੱਖ ਬੇਟਾ ਥੋੜ੍ਹਾ ਇਹ ਇੱਥੇ ਰੱਖ ਲਓ ਜੀ ਗੱਡੀ ਚਲਾ ਰਿਹਾ ਲਓ ਜੀ ਹੁਣ ਸ਼ੋਕੀਆਂ ਕਰਾ ਬਾਈ ਉਹ ਸਾਨੂੰ ਕਿੰਨੇ ਫੜਨਾ ਭਾਈ ਸਾਨੂੰ ਕਹਿੰਦੇ ਫੜਨਾ ਸ਼ੇਖ ਮੁਹੰਮਦ ਸਾਹਿਬ ਤੇਰੇ ਭਰਾ ਨੂੰ ਜਾਣਦਾ ਉੱਥੇ ਦਾ ਸਦਰ ਵਜ਼ੀਰ ਆਜ਼ਮ ਤੇਰੇ ਭਰਾ ਨੂੰ ਜਾਣਦਾ ਸਾਰੇ ਬਾਬਾ ਜੀ ਰੌਲਾ ਕੋਈ ਨਹੀਂ ਤੇ ਹੁਣ ਗੱਡੀ ਦੀ ਬ੍ਰੇਕ ਵਜੀ ਆ ਬ੍ਰੇਕ ਕਿਉਂ ਮਾਰ ਲਈ ਬਾਈ ਇਸ਼ਾਰਾ ਨਹੀਂ ਖੁੱਲਾ ਲੈ ਅੱਛੀ ਲੈ ਵੀ ਅੱਲਾ ਦੀ ਕਸਮ ਹੈ ਜਰਮਨ ਗੱਲ ਦੱਸ ਰਿਹਾ ਉੱਥੇ ਦੇ ਕਾਨੂੰਨ ਦੀ ਉਹਨਾਂ ਦੇ ਦਿਮਾਗ ਚ ਤੂੰ ਦੇਖ ਕਿ ਉਹਨੇ ਫੁੱਲ ਪੀਤੀ ਮਸਤ ਹੋਇਆ ਫੁੱਲ ਪੀਤੀ ਆ ਉਹਨੇ ਮਾਰਿਆ ਮੈਂ ਕਿਹਾ ਇਹ ਹੁਣ ਗੱਡੀ ਘਰੋ ਗੱਲਾਂ ਕਰ ਰਿਹਾ ਵੱਡੀਆਂ ਤੇ ਮੈਂ ਕਿਹਾ ਗੱਡੀ ਘਰੋ ਅਗਲੇ ਕਹਿੰਦਾ ਇਸ਼ਾਰਾ ਬਣਦਾ ਬਾਬਾ ਜੀ ਲਓ ਸਰ ਬਹੁਤ ਸ਼ੁਕਰੀਆ ਜੱਫੀ ਬਹੁਤ ਰੱਬ ਤੁਹਾਨੂੰ ਖੁਸ਼ ਰੱਖੇ ਹੱਸਦੇ ਰਹੋ ਵੱਜਦੇ ਰਹੋ ਮੈਂ ਪਤਾ ਕੀ ਕਹਿ ਕਰ ਰਿਹਾ ਮਾਸ਼ਾਅੱਲਾ ਤੁਹਾਨੂੰ ਮਿਲ ਕੇ ਇੰਨੀ ਉਲਝਣ ਹੋਈ ਜਾਣਾ ਵਾਹ 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 ਬਹੁਤ ਉਲਝਣ ਹੋਈ ਯਕੀਨ ਕਰੋ ਕਿਆ